पंजाब विधानसभा चोणों के लिए श्रोमणी अकाली दल वालों 6 होर उम्मीदवार का नाम जड़ा है ऐलान दिता गया है। अज पार्टी प्रधान सुखबीर सिंह बादल ने इन्हां 6 नामों का ऐलान किया है। तुहानू दस दिए कि जगमीत सिंह नूं मौड़ हल्के तो 2022 दीआं विधानसभा चोणों के लिए टिकट दिती गई है। उधर ही जीत मोहिंदर सिंह नूं तलवंडी साबो तो उतारा गया। मनतार सिंह बराड नूं कोटकपुरा तो टिकट दिती गई है श्रोमणी अकाली दल प्रधान सुखबीर सिंह बादल दे वल्लों। उधर मुक्तसर तो कंवरजीत सिंह रोजी बरकंदी श्रोमणी अकाली दल के 2022 दीआं विधानसभा चोणों के लिए उम्मीदवार होंगे। फरीदकोट तो परमबंस सिंह बंटी रोमाणा जो यूथ श्रोमणी यूथ अकाली दल के प्रधान भी हैं उन्होंने उम्मीदवार उतारा गया। जैतो तो सूबा सिंह उम्मीदवार ऐलाना गया। ग्राफिक जरिए तुहानू दस रहे हैं कि कौन उतरिया है 6 उम्मीदवार किहड़े नाम उतरे ने। अज परमबंस सिंह बंटी रोवाणा जो यूथ अकाली दल के प्रधान भी हैं फरीदकोट तो 2022 दीआं चोणां लई उतरनगे। उधर ही कंवरजीत सिंह रोजी बरकंदी मुक्तसर तो उम्मीदवार हैं। मनतार सिंह बराड़ कोटकपुरा तो उतरन जा रहे ने 2022 दीआं विधानसभा चोणां दे लई। जीत मोहिंदर सिंह सिद्धू नूं तलवंडी साबो तो उतारिया गया श्रोमणी अकाली दल प्रधान सुखबीर सिंह बादल दे वल्लों। जगमीत सिंह मौड़ हल्के तो उतरन जा रहे ने 2022 दीआं विधानसभा चोणां दे लई। सूबा सिंह नूं जैतो तो ऐलाना गया है उम्मीदवार। 6 उम्मीदवार श्रोमणी अकाली दल प्रधान सुखबीर सिंह बादल दे वल्लों अज ऐलाने गए ने। सुखबीर सिंह जी बादल ने मैनू श्रोमणी अकाली दल बहुजन समाज पार्टी का उम्मीदवार बना के हलका तलवंडी साबो विच काम करन शुरू कर दिता है। पवित्र शहर दमदमा साहब तलवंडी साबो दे विच वख-वख मीटिंगा करके अपने वर्करां नूं लाभबंद कर रहे हैं कि वी तकड़े हो के आने वाली चोणों विच आपां कामयाबी लैनी है। ਜੇਤੋ ਹਲਕੇ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ। ਮੈਂ ਉਹਨਾਂ ਦਾ ਧੰਨਵਾਦ ਕਰਦਾ, ਉਹਨਾਂ ਨੂੰ ਵਿਸ਼ਵਾਸ ਕਰਾਉਣਾ, ਉਹਨਾਂ ਦੇ ਦੱਸੇ ਰਸਤਿਆਂ 'ਤੇ ਚੱਲ ਕੇ ਪਾਰਟੀ ਦੀ ਵਫਾਦਾਰੀ ਅਤੇ ਇਮਾਨਦਾਰੀ ਦੇ ਨਾਲ ਸੇਵਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਧੰਨਵਾਦ ਕਰਦਾ, ਜਿਨ੍ਹਾਂ ਨੇ ਅੱਜ ਦਾਸ ਨੂੰ ਹਲਕਾ ਕੋਟਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਸਾਂਝਾ ਉਮੀਦਵਾਰ ਐਲਾਨਿਆ ਹੈ। ਉਹਦੇ ਲਈ ਔਰ ਆਸ ਇਸ ਗੱਲ ਦਾ ਵਿਸ਼ਵਾਸ ਦਿਵਾਉਂਦਾ ਹੈ ਕਿ ਪਹਿਲਾਂ ਵੀ ਇਮਾਨਦਾਰੀ ਦੀ ਇੱਕ ਨੀਤੀ ਨਾਲ ਕੰਮ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਮਾਨਦਾਰੀ ਦੀ ਇੱਕ ਨੀਤੀ ਨਾਲ ਕੰਮ ਕਰਾਂਗੇ ਆਪਣੇ ਹਲਕੇ ਲਈ ਵੀ ਅਤੇ ਆਪਣੀ ਪਾਰਟੀ ਲਈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਫਿਰ ਟਿਕਟਾਂ ਦਾ ਅਨਾਊਂਸ ਕੀਤੀਆਂ ਗਈਆਂ ਹੈਗੀਆਂ। 6 ਹਲਕਿਆਂ ਦੀਆਂ ਟਿਕਟਾਂ ਅਨਾਊਂਸ ਕੀਤੀਆਂ ਗਈਆਂ ਹੈਗੀਆਂ, ਜਿਹਦੇ ਵਿੱਚ ਫਰੀਦਕੋਟ ਵਿਧਾਨ ਸਭਾ ਹਲਕੇ ਦੀ ਵੀ ਜਿਹੜੀ ਟਿਕਟ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨਾਊਂਸ ਕਰ ਦਿੱਤੀ ਗਈ ਹੈ। ਪਰਮਬੰਸ ਸਿੰਘ ਬੰਟੀ ਰੋਮਾਣਾ ਜੋ ਕੌਮੀ ਪ੍ਰਧਾਨ ਨੇ ਯੂਥ ਅਕਾਲੀ ਦਲ ਦੇ, ਉਹਨਾਂ ਨੂੰ ਕੈਂਡੀਡੇਟ ਉਤਾਰਿਆ ਗਿਆ ਫਰੀਦਕੋਟ ਦੇ ਵਿੱਚੋਂ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਰੋਮਾਣਾ ਸਾਹਿਬ, ਕੀ ਕਹਿਣਾ ਚਾਹੋਗੇ ਜਿਹੜੀ ਤੁਹਾਨੂੰ ਵਿਧਾਨ ਸਭਾ ਦੀ ਜ਼ਿੰਮੇਵਾਰੀ ਦਿੱਤੀ ਹੈ ਫਰੀਦਕੋਟ ਦੀ? ਜਿਸ ਜਥੇਬੰਦੀ ਦਾ ਇਤਿਹਾਸ ਇੰਨਾ ਕੁਰਬਾਨੀਆਂ ਭਰਿਆ, ਇੰਨਾ ਗੌਰਵਮਈ ਇਤਿਹਾਸ ਹੈ, ਇਹੋ ਜਿਹੀ ਜਥੇਬੰਦੀ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਣਾ ਕਿਸੇ ਵਾਸਤੇ ਵੀ ਬੜੀ ਮਾਣ ਦੀ ਗੱਲ ਹੋਊ। ਹੁਣ ਤਾਂ ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਬੇਨਤੀ ਕਰਦਾ ਕਿ ਜਿੰਨਾ ਅਪਮਾਨ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਕੀਤਾ, ਕਿ ਪ੍ਰਮਾਤਮਾ ਹਿੰਮਤ ਹੌਸਲਾ ਬਖਸ਼ੇ ਅਤੇ ਇਸ ਮਾਣ 'ਤੇ ਪੂਰੇ ਉੱਤਰ ਸਕੀਏ ਅਤੇ ਇਸ ਹਲਕੇ ਦੀ ਸੇਵਾ ਪ੍ਰਮਾਤਮਾ ਮੈਨੂੰ ਹਿੰਮਤ ਅਤੇ ਹੌਸਲਾ ਬਖਸ਼ਣ ਕਿ ਤਨਦੇਹੀ ਨਾਲ ਇਮਾਨਦਾਰੀ ਨਾਲ ਕਰ ਸਕਾਂ। ਮੈਂ ਇਸ ਹਲਕੇ ਦੇ ਇੱਕ ਇੱਕ ਵਰਕਰ ਦਾ, ਨਾਲ ਹੀ ਮੈਂ ਯੂਥ ਅਕਾਲੀ ਦਲ ਦੇ ਹਰ ਇੱਕ ਵਰਕਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਚੱਲੇ ਮੇਰੇ ਅਤੇ ਪਾਰਟੀ ਨੇ ਕੋਈ ਵੀ ਪ੍ਰੋਗਰਾਮ ਦਿੱਤਾ ਵੱਧ ਚੜ੍ਹ ਕੇ ਹਿੱਸਾ ਲਿੱਤਾ, ਜਿਸ ਨਾਲ ਪਾਰਟੀ 'ਚ ਯੂਥ ਅਕਾਲੀ ਦਲ ਦਾ ਅਤੇ ਮੇਰਾ ਵੀ ਕੱਦ ਵਧਿਆ ਅਤੇ ਅੱਜ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਨਾਲ ਨਵਾਜ਼ਿਆ ਗਿਆ। ਰੋਮਾਣਾ ਸਾਹਿਬ, ਜੇਕਰ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਲੋਕ ਤੁਹਾਨੂੰ ਜਿਤਾ ਕੇ ਵਿਧਾਨ ਸਭਾ 'ਚ ਭੇਜਦੇ ਆ, ਪ੍ਰਾਇਓਰਟੀ ਦੇ ਉੱਤੇ ਫਰੀਦਕੋਟ ਹਲਕੇ ਦੇ ਕੀ ਕੰਮ ਹੋਣਗੇ? ਫਰੀਦਕੋਟ ਹਲਕੇ ਦੀ ਬਹੁਤ ਮੁਸ਼ਕਲ ਹੈ ਜੀ। 5 ਸਾਲ ਤਾਂ ਆ ਟੱਪ ਗਏ, ਕੋਈ ਵਿਕਾਸ ਨਹੀਂ ਹੋਇਆ, ਜੋ ਕੁਛ ਬਣਿਆ ਸੀ ਉਹ ਵੀ ਖਰਾਬ ਹੋ ਗਿਆ। ਉਸ ਤੋਂ ਪਹਿਲਾਂ ਵੀ ਸਾਡੇ ਜਿਹੜੇ ਇਸ ਹਲਕੇ ਦੇ ਵਿਧਾਇਕ ਸੀ, ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰ ਰਹੇ ਸੀ, ਪਰ ਸੇਵਾਦਾਰ ਦੇ ਉੱਤੇ ਵੀ ਬੜਾ ਡਿਪੈਂਡ ਕਰਦਾ, ਉੱਥੇ ਵੀ ਕਮੀ ਰਹਿ ਗਈ। ਮੈਂ ਹਲਕੇ ਦਾ ਇੱਕ ਮੈਨੀਫੈਸਟੋ ਲੈ ਕੇ ਆ ਰਿਹਾ
श्रोमणी अकाली दल वालों फरीदकोट हल्के का मैनीफेस्टो लेके आवांगे कि जे लोग मेरे सिर ते हथ रख के आशीर्वाद दे के आपदा पुत्र भरा समझ के मैनू विधानसभा भेजते हैं तो आ काम है जेड़े ये मैं 5 साल करके दूंगा।